ਭਾਜੀ ਪਹਿਲਾਂ ਤਾਂ ਥੈਂਕ ਯੂ, ਤੁਸੀਂ ਮੈਨੂੰ ਨਾਲ ਲੈ ਕੇ ਚੱਲੇ ਆ ਪਿੰਡ ਆਪਣੇ, ਤੇ ਪਿੰਡ ਦਾ ਫਿਰ ਹੋਰ ਹੀ ਸਵਾਦ ਹੁੰਦਾ। ਮੈਂ ਕਿ ਤੁਹਾਨੂੰ ਪਿੰਡ ਦਿਖਾ ਕੇ ਲਿਆਉਣਾ, ਮੈਂ ਇਹੀ ਪੁੱਛਣਾ ਚਾਹੁੰਦਾ ਸੀ ਪਿੰਡ ਤੁਸੀਂ ਹੁਣ, ਵੈਸੇ ਤੁਸੀਂ ਦੱਸਿਆ ਵੀ ਨੋਰਮਲੀ ਜਾਂਦੇ ਰਹਿੰਦੇ ਹੋ, ਪਰ ਬੇਸਿਕਲੀ ਮਕਸਦ ਕੀ ਹੁੰਦਾ ਕਿ ਜਦੋਂ ਆਪਾਂ ਫ੍ਰੀ ਬੈਠੇ ਹਾਂ ਵੀ ਪਿੰਡ ਜਾ ਕੇ ਜ਼ਿਆਦਾ ਮਜ਼ਾ ਆਉਂਦਾ ਰਹਿਣ ਦਾ ਸ਼ਹਿਰ ਨਾਲੋਂ? ਨਹੀਂ, ਹਰ ਜਗ੍ਹਾ ਦੀ ਆਪਣੀ ਅਹਿਮੀਅਤ ਹੈ ਵੈਸੇ ਤਾਂ, ਕਿਉਂਕਿ ਮੈਂ ਮੇਰਾ ਬਚਪਨ ਪਿੰਡ 'ਚ ਗੁਜ਼ਰਿਆ, ਮੇਰੀ ਜਵਾਨੀ ਉੱਥੇ ਹੈ, ਮੇਰਾ ਸਾਰਾ ਕੁਛ ਉੱਥੇ ਹੈ, ਮੇਰੇ ਖੇਤ ਉੱਥੇ ਹੈ, ਅਤੇ ਮਜ਼ਾ ਆਉਂਦਾ ਉੱਥੇ ਜਾ ਕੇ। ਗ੍ਰੀਨਰੀ ਸ਼ਹਿਰਾਂ 'ਚ ਜਿਹੜੀ ਘੱਟ ਮਿਲਦੀ ਆ, ਖੇਤਾਂ 'ਚ ਮਕਾਨ ਬਣਾਇਆ ਅਤੇ ਕੋਠੇ ਚੜ੍ਹ ਜਾਈਦਾ, ਫਿਰ ਉੱਥੇ ਸਭ ਆਲਾ ਦੁਆਲਾ ਦੇਖੀ ਜਾ ਅਤੇ ਅੱਖਾਂ ਨੂੰ ਸਕੂਨ ਮਿਲਦਾ ਪਿੰਡ ਜਾ ਕੇ। ਵੈਸੇ ਇੱਕ ਹੁੰਦਾ ਕਿ ਜਾ ਕੇ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਮੱਥਾ ਟੇਕਣਾ ਹੁੰਦਾ ਅਤੇ ਬਸ ਇਸੇ ਕਰਕੇ ਪਿੰਡ ਜਾਂਦੇ। ਕਿਆ ਬਾਤ ਹੈ, ਵੈਸੇ ਤਾਂ ਇਸ ਸੀਜ਼ਨ ਦੇ ਵਿੱਚ ਨਾ ਪਿੰਡ ਸਵਰਗ ਵਰਗਾ ਲੱਗਦਾ ਹੁੰਦਾ, ਪਰ ਤੁਸੀਂ ਇਸੇ ਸੀਜ਼ਨ ਜਾਂਦੇ ਹੋ ਗਰਮੀਆਂ ਗੁਰਮੀਆਂ 'ਚ ਵੀ ਜਾਂਦੇ? ਜਦੋਂ ਵੀ ਟਾਈਮ ਮਿਲਦਾ, ਮੈਂ ਤਾਂ ਜਦੋਂ ਵੀ ਟਾਈਮ ਮਿਲਦਾ ਪ੍ਰੋਗਰਾਮਾਂ ਤੋਂ ਜਦੋਂ ਫ੍ਰੀ ਹੋਵਾਂ ਉਦੋਂ ਜਾਂਦਾ, ਜਾਂ ਮੇਰੀ ਸਾਰੀ ਫੈਮਿਲੀ ਵੀ, ਉਹਨਾਂ ਨੂੰ ਵੀ ਹਮੇਸ਼ਾ ਉਹਨਾਂ ਨੇ ਹੁਣ ਵੀ ਚਲੋ ਹਫ਼ਤਾ ਕੁ ਹੋ ਗਿਆ ਹੁਣ ਸਾਨੂੰ ਇੱਥੇ, ਅਤੇ ਹੁਣ ਆਪਾਂ ਪਿੰਡ ਇੱਕ ਦਿਨ ਜਾ ਕੇ ਆਈਏ ਅਤੇ ਮਿਲ ਕੇ ਆਈਏ ਸਭ ਨੂੰ। ਕਿਆ ਬਾਤ ਹੈ ਜੀ। ਅਤੇ ਭਾਅ ਜੀ ਵੈਸੇ ਹੁਣ ਆਪਣੀ ਗੱਡੀ 'ਚ ਮਿਊਜ਼ਿਕ ਲੱਗਾ ਤਾਂ ਨਹੀਂ ਹੋਇਆ, ਮੈਂ ਪੁੱਛਣਾ ਚਾਹੁੰਦਾ ਵੀ ਤੁਹਾਡੇ ਵਰਗਾ ਸਿੰਗਰ ਜਿਹੜਾ ਮਤਲਬ ਸੁਰਾਂ ਦੇ ਕਹਿੰਦੇ ਹੁੰਦੇ ਵੀ ਸਿਰੇ ਲਾ ਦਿੰਦੇ ਆ ਸੁਰਾਂ ਦੇ, ਅਤੇ ਤੁਸੀਂ ਆਪ ਜਦੋਂ ਇੱਦਾਂ ਗੱਡੀ 'ਚ ਜਾ ਰਹੇ ਹੁੰਦੇ ਆ ਤਾਂ ਤੁਸੀਂ ਆਪ ਆਪਣੇ ਗੀਤ ਸੁਣਦੇ ਆ ਜਾਂ ਤੁਹਾਡੇ ਕੋਈ ਆਪਣੇ ਹੋਰ ਵੀ ਫੇਵਰੇਟ ਸਿੰਗਰ? ਮੈਂ ਵੈਸੇ ਤਾਂ ਸਾਰਿਆਂ ਨੂੰ ਸੁਣਦਾ ਰਹਿੰਦਾ, ਜਿਹੜਾ ਜੋ ਵੀ ਚੰਗਾ ਸੁਣਦਾ। ਮੈਂ ਸਲੀਮ ਨੂੰ ਸੁਣਦਾ, ਮੈਂ ਫਿਰੋਜ਼ ਨੂੰ ਸੁਣਦਾ, ਬੁੱਗਾ ਭਾਅ ਜੀ ਨੂੰ ਸੁਣਦਾ, ਕੰਠ ਕਲੇਰ ਨੂੰ ਸੁਣਦਾ, ਸਰਦੂਲ ਭਾਅ ਜੀ ਨੂੰ ਸੁਣਦਾ, ਹੰਸ ਭਾਅ ਜੀ ਨੂੰ ਸੁਣਦਾ, ਲੇਕਿਨ ਮੈਂ ਜ਼ਿਆਦਾਤਰ ਮੈਂ ਪਹਿਲਾਂ ਤੋਂ ਮੈਨੂੰ ਸ਼ੌਂਕ ਰਿਹਾ ਗਜ਼ਲ ਦਾ। ਮੈਂ ਗੁਲਾਮ ਅਲੀ ਸਾਹਿਬ ਨੂੰ ਬਹੁਤ ਸੁਣਿਆ, ਮੈਂ ਜਦੋਂ ਵੀ ਸਫ਼ਰ ਕਰਦਾ ਮੈਂ ਉਦੋਂ ਵੀ ਫਿਰ ਗੁਲਾਮ ਅਲੀ ਸਾਹਿਬ ਨੂੰ ਸੁਣਦਾ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਕਵਾਲੀਆਂ ਮੈਂ ਬਹੁਤ ਸੁਣੀਆਂ, ਅਤੇ ਮੈਂ ਉਹਨਾਂ ਨੂੰ ਵੀ ਸੁਣਦਾ ਰਹਿੰਦਾ ਜਿਹੜੇ ਮੇਰੇ। ਜਦੋਂ ਤੁਸੀਂ ਟਰੈਵਲ ਕਰਦੇ ਹੋ ਤਾਂ ਤੁਹਾਨੂੰ ਮਿਊਜ਼ਿਕ ਫਿਰ ਉਹ ਸੁਣਨ ਨੂੰ ਦਿਲ ਕਰਦਾ ਕਿ ਤੁਹਾਨੂੰ ਸਕੂਨ ਮਿਲੇ। ਜੀ ਜੀ, ਸੋ ਉਹ ਫਿਰ ਸਕੂਨ ਵਾਲਾ ਮਿਊਜ਼ਿਕ ਆਪਣੇ ਲਈ ਹੁੰਦਾ, ਜ਼ਿਆਦਾਤਰ ਤਾਂ ਆਡੀਅੰਸ ਲਈ। ਜੀ ਜੀ ਜੀ, ਅਤੇ ਭਾਅ ਜੀ ਅਸੀਂ ਵੀ ਸੁਣ ਸਕਦੇ ਕੋਈ ਗਜ਼ਲ? ਨਹੀਂ ਉੱਧਰ ਨਹੀਂ, ਇੱਧਰੋਂ ਪੁੱਛ ਰਿਹਾ। ਜ਼ਰੂਰ, ਮੈਂ ਗੁਲਾਮ ਅਲੀ ਸਾਹਿਬ ਦਾ ਸੁਣਾਉਣਾ ਤੁਹਾਨੂੰ ਕੁਛ। ਮਹਿਫਿਲ ਮੇ ਬਾਰ ਬਾਰ ਕਿਸੀ ਪਰ ਨਜ਼ਰ ਗਈ, ਮਹਿਫਿਲ ਮੇ ਬਾਰ ਬਾਰ ਕਿਸੀ ਪਰ ਨਜ਼ਰ ਗਈ, ਹਮਨੇ ਬਚਾਈ ਲਾਖ ਮਗਰ ਫਿਰ ਉਧਰ ਗਈ, ਮਹਿਫਿਲ ਮੈਂ ਬਾਰ ਬਾਰ ਕਿਸੀ ਪਰ ਨਜ਼ਰ ਗਈ। ਗੁਲਾਮ ਅਲੀ ਖਾਨ ਸਾਹਿਬ, ਵੈਸੇ ਮੈਂ ਵੀ ਬੜਾ ਫੈਨ ਰਿਹਾ ਉਹਨਾਂ ਦਾ, ਪਰ ਆਹ ਗਜ਼ਲ ਮੈਂ ਤਾਂ ਸੁਣੀ ਨਹੀਂ ਕਦੀ। ਬਹੁਤ ਮੈਂ ਉਹਨਾਂ ਨੂੰ ਮੈਂ ਲਾਈਵ ਕੌਨਸੈਟ ਉਹਨਾਂ ਦੇ ਨਾ, ਮੈਂ ਜਦੋਂ ਪੜ੍ਹਦਾ ਹੁੰਦਾ ਸੀਗਾ, ਮੈਂ ਮੇਰਾ ਇੱਕ ਦੋਸਤ ਹੈ ਉਹਦੀ ਮਿਊਜ਼ਿਕ ਦੀ ਸ਼ੌਪ ਹੁੰਦੀ ਸੀ, ਮੈਂ ਸਪੈਸ਼ਲ ਕਹਿੰਦਾ ਹੁੰਦਾ ਸੀਗਾ ਕਿ ਲਾਈਵ ਕੌਨਸੈਟ ਜਿਹੜੇ, ਕਿਉਂਕਿ ਜਿਹੜੀ ਰਿਕਾਰਡਿੰਗ ਹੁੰਦੀ ਹੈ ਉਹ ਤੁਹਾਨੂੰ ਬੰਦਿਸ਼ਾਂ ਬੜੀਆਂ ਹੁੰਦੀਆਂ ਗਜ਼ਲ ਗਾਉਣ ਵਾਲਿਆਂ ਨੂੰ ਵੀ, ਹੋਰ ਵੀ ਜਦ ਜਿਹੜੇ ਲਾਈਵ ਕੌਨਸੈਟ ਹੁੰਦੇ ਉਹ 'ਚ ਤੁਸੀਂ ਖੇਡਦੇ ਬੜਾ ਉਹਦੇ ਨਾਲ, ਰਾਗ ਤੋਂ ਆਉਟ ਜਾ ਕੇ ਵੀ ਤੁਸੀਂ ਸੁਰ ਲਾ ਕੇ ਆਉਂਦੇ ਆ, ਔਰ ਉਹਦੇ 'ਚ ਹਰਕਤ ਵੀ ਤੁਸੀਂ ਮਤਲਬ ਉਹ ਗੁਲਾਮ ਅਲੀ ਸਾਹਿਬ ਹੰਗਾਮਾ ਹੈ ਕਿਉਂ ਬਰਪਾ ਗਾਉਂਦੇ ਹੁੰਦੇ ਸੀ, ਮੈਂ ਉਹਨਾਂ ਦੇ 4-5 ਵਰਜ਼ਨ ਮੇਰੇ ਕੋਲ ਹੁੰਦੇ ਸੀਗੇ, ਜਿਹ 'ਚੋਂ ਕੋਈ ਅੰਤਰੇ 'ਚ ਕਿਸੇ ਤਰ੍ਹਾਂ ਦੀ ਹਰਕਤ ਲੈਂਦੇ ਸੀ, ਕੋਈ ਕਿਸੇ ਤਰ੍ਹਾਂ ਦੀ ਸੀ। ਮੈਂ ਜਦੋਂ ਆਪ ਵੀ ਗਾਉਣਾ, ਮੈਂ ਹੁਣ ਤਾਂ ਐਸਾ ਸਿਸਟਮ ਆ ਗਿਆ ਕਿ ਤੁਸੀਂ ਸਥਾਈ ਗਾਤੀ ਔਰ ਜਿਹੜੀ ਟੇਕ ਲਾਈਨ ਆਉਂਦੀ ਆ ਹਰ ਬੰਦੇ ਨੂੰ ਹੁੰਦਾ ਕਿ ਉਹੀ ਚੇਪ ਦਿਓ ਕਾਹਦੇ ਲਈ ਦੁਬਾਰਾ ਗਾਉਣੀ ਹੈ, ਲੇਕਿਨ ਮੈਨੂੰ ਹਮੇਸ਼ਾ ਹੀ ਹੁੰਦਾ ਗੁਰਮੀਤ ਭਾਅ ਜੀ ਨੂੰ ਮੈਂ ਕਹਿੰਦਾ ਹੁੰਦਾ ਕਿ ਹਰ ਲਾਈਨ ਅਲੱਗ ਤਰੀਕੇ ਨਾਲ ਲੈਣੀ ਆ, ਮੈਨੂੰ ਆਦਤ ਹੈ ਕਿ ਮੈਂ ਅਲੱਗ ਤਰੀਕੇ ਨਾਲ ਹੀ ਉਹਨੂੰ ਗਾਉਣਾ, ਜਿਹੜਾ ਤੁਹਾਨੂੰ ਚੰਗਾ ਲੱਗਿਆ ਫਿਰ ਉਹ ਰੱਖਿਓ ਤੁਸੀਂ, ਲੇਕਿਨ ਇੱਕ ਲਾਈਨ ਜਿਹੜੀ ਆ ਟੇਕ ਲਾਈਨ ਉਹ ਚੇਪਣੀ ਨਹੀਂ ਹੈ, ਅਲੱਗ ਤਰੀਕੇ ਨਾਲ ਹੀ ਗਾਉਣੀ ਹੈ। ਸੋ ਮੈਨੂੰ ਇਹ, ਮੈਂ ਕਿਉਂਕਿ ਇਹਨਾਂ ਨੂੰ ਸੁਣਦਾ ਰਿਹਾ ਉਹ ਹਰ ਵਾਰੀ ਅਲੱਗ ਹੀ ਰੰਗ ਹੁੰਦਾ ਸੀ ਉਹਨਾਂ ਦਾ ਗਾਉਣ ਦਾ, ਸੋ ਇਸ ਕਰਕੇ ਮੈਨੂੰ ਆਦਤ ਪਈ ਹੋਈ ਕਿ ਮੈਂ ਵੀ ਇੱਦਾਂ ਹੀ ਗਾਉਣਾ। ਇਹ ਤਾਂ ਭਾਅ ਜੀ ਚਲੋ ਬੜੀ ਵਧੀਆ ਗੱਲ ਆ, ਵੈਸੇ ਤੁਸੀਂ ਹਰ ਲਾਈਨ 'ਤੇ ਅਲੱਗ ਤਰ੍ਹਾਂ ਸਟ੍ਰੈਸ ਦਿੰਦੇ ਹੋ, ਅਤੇ ਇਹ ਚੀਜ਼ ਸਟੂਡੀਓ ਵਿੱਚ ਤਾਂ ਚਲੋ ਅਸੀਂ ਮੰਨਦੇ ਹਾਂ ਵੀ ਤੁਸੀਂ ਮਿਹਨਤ ਵੱਧ ਕਰ ਲਈ ਹੋਏ, ਅਤੇ ਲਾਈਵ ਗਾਉਣ ਵੇਲੇ ਵੀ ਭਾਅ ਜੀ ਇਹੀ ਚੀਜ਼ਾਂ ਤੁਸੀਂ ਗਾਉਂਦੇ ਹੋ ਸੇਮ ਜਿੱਦਾਂ ਸਟੂਡੀਓ 'ਚ ਗਾਉਂਦੇ ਆ? ਨਹੀਂ, ਲਾਈਵ ਗਾਉਣ ਵੇਲੇ ਥੋੜ੍ਹਾ ਅਲੱਗ ਹੁੰਦਾ, ਜੇ ਤਾਂ ਤੁਹਾਨੂੰ ਮੂਹਰਿਓਂ ਰਿਸਪੋਂਸ ਚੰਗਾ ਮਿਲਦਾ ਫਿਰ ਤੁਹਾਨੂੰ ਬਹੁਤ ਜ਼ਿਆਦਾ ਗਾਉਣ ਨੂੰ ਦਿਲ ਕਰਦਾ, ਜੋ ਤੁਹਾਡੀ ਕੋਈ ਹਰਕਤ 'ਤੇ ਮਜ਼ਾ ਲੈ ਰਿਹਾ, ਕੋਈ ਤੁਹਾਡੇ ਫੀਲ, ਹਾਂ ਕੋਈ ਤੁਹਾਡੇ ਫੀਲ ਜਿਹੜਾ ਤੁਸੀਂ ਦੇ ਰਹੇ ਉਹਦੇ 'ਤੇ ਮਜ਼ਾ ਲੈ ਰਿਹਾ, ਫਿਰ ਤੁਸੀਂ ਤਾਂ ਕਈ ਵਾਰੀ ਤੁਹਾਡੀ ਮਿਊਜ਼ੀਸ਼ੀਅਨ ਉਹੀ ਹੁੰਦੇ ਆ, ਸਾਊਂਡ ਤੁਹਾਡੀ ਉਹੀ ਆ, ਲੇਕਿਨ ਮੂਹਰੇ ਸੁਣਨੇ ਵਾਲੇ ਚੰਗੇ ਸਰੋਤੇ ਨਹੀਂ ਹੈਗੇ ਉੱਥੇ, ਫਿਰ ਤੁਸੀਂ ਨਹੀਂ ਤੁਹਾਡੇ ਤੋਂ ਪਰਫੋਰਮ ਕੀਤਾ ਜਾਂਦਾ, ਲੇਕਿਨ ਕਈ ਜਗ੍ਹਾ ਐਸੀ ਹੁੰਦੀ ਤੁਹਾਡਾ ਭਾਵੇਂ ਸਾਊਂਡ ਸਿਸਟਮ ਤੁਹਾਡਾ ਨਹੀਂ ਦੇ ਰਿਹਾ ਸਾਥ, ਤੁਹਾਡੇ ਮਿਊਜ਼ੀਸ਼ੀਅਨ ਥੋੜ੍ਹੇ ਥੱਕ ਗਏ ਨਹੀਂ ਚੰਗੀ ਤਰ੍ਹਾਂ ਵਜਾ ਰਹੇ, ਲੇਕਿਨ ਅੱਗੇ ਉਹ ਤੁਹਾਨੂੰ ਰਿਸਪੋਂਸ ਬੜਾ ਆ ਰਿਹਾ ਅਤੇ ਉਹ ਫਿਰ ਅਲੱਗ ਹੀ ਗਾਉਣ ਦਾ ਮਜ਼ਾ ਹੁੰਦਾ। ਅਤੇ ਮੈਂ ਇੱਕ ਤੁਹਾਨੂੰ ਸੁਣਾਉਣਾ ਕਿ ਮੈਂ ਕਿਤੇ ਵਿਆਹ ਦਾ ਪ੍ਰੋਗਰਾਮ ਸੀਗਾ, ਉਹ ਨਾ 2 ਘੰਟੇ ਅਸੀਂ ਪ੍ਰੋਗਰਾਮ ਕਰਨਾ ਹੁੰਦਾ ਅਤੇ ਉਹ ਮੂਹਰਿਓਂ ਕੋਈ ਰਿਸਪੋਂਸ ਨਾ ਆਵੇ, ਮੈਨੂੰ ਲੱਗਿਆ ਕਿ ਇਹਨਾਂ ਨੂੰ ਮਜ਼ਾ ਨਹੀਂ ਆ ਰਿਹਾ ਹੈ ਨਾ,
मैं प्रोग्राम तो बाद च सारे आके ना उन्होंने बड़ा जफ्फियां पा के फोटोआं करवाईआं यार। मैं क्या तुसीं मैनूं एनर्जी नहीं दित्ती यार, तुसीं चुप करके बैठे रहे नचे, लास्ट ते जाके तुसीं नचे आ। कहिंदे भाजी असीं तुहानूं मज़ा ले रहे सी सुणन दा कि सानूं इंडस्टार बना करिए। एक होर प्रोग्राम च इदां होया कि एक बंदा पिछों हथ इदां इदां करी जावे, मैं क्या शायद इहनूं मेरा गाणा कोई पसंद नहीं हैगा। मैं मुंडे नूं भेजिआ, मैं क्या यार उहनूं पुछ के आ, मतलब क्योंकि चाहे 2000 बंदा होवे, एक बंदा कोई गलत ਤੁਹਾਡੀ ਨਜ਼ਰ ਉੱਥੇ ਹੀ ਜਾਂਦੀ ਵਾਰ ਵਾਰ ਕਿ ਉਹ ਬੰਦਾ ਕਿਉਂ ਇੱਦਾਂ ਕਹਿ ਰਿਹਾ ਹੈ ਨਾ, ਕਿਉਂ ਕਹਿ ਰਿਹਾ। ਮੈਂ ਡਿਸਟਰਬ ਹੋ ਰਿਹਾ ਸੀ ਗਾਉਣ ਨੂੰ, ਮੈਂ ਮੁੰਡੇ ਨੂੰ ਭੇਜਿਆ, ਮੈਂ ਕਿਹਾ ਯਾਰ ਉਹਨੂੰ ਪੁੱਛ ਕੇ ਆਕੇ ਉਹ ਕੀ ਕਹਿਣਾ ਚਾਹੁੰਦਾ, ਉਹਨੂੰ ਗਾਣਾ ਨਹੀਂ ਪਸੰਦ ਕਿ ਕੀ ਉਹਦੀ ਕਿ ਉਹ ਕਿ ਮੁੜ ਕੇ ਆ ਕੇ ਮੁੰਡਾ ਮੈਨੂੰ ਦੱਸਦਾ, ਕਹਿੰਦਾ ਉਹ ਕਹਿੰਦਾ ਭਾਜੀ ਤੁਸੀਂ 1.5 ਘੰਟਾ ਹੋ ਗਿਆ ਤੁਹਾਨੂੰ ਗਾਉਂਦੇ ਨੇ ਯਾਰ, ਮੈਂ ਮੈਨੂੰ ਇੱਕ ਵਾਰ ਨੈਣ ਨੈਣਾ ਨਾਲ ਗਾਣਾ ਤੁਸੀਂ ਸੁਣਾ ਦਿਓ, ਨੈਣ ਨੈਣਾ ਨਾਲ ਮਿਲਾ ਦੀ। ਮੈਂ ਕਹੀ ਯਾਰ ਤੂੰ ਮੈਨੂੰ ਪਹਿਲਾਂ ਆ ਕੇ ਫਰਮਾਇਸ਼ ਕਰ ਦੇਣੀ ਸੀ। ਸੋ ਇੱਦਾਂ ਵੀ ਲਾਈਵ ਗਾਉਣ ਵੇਲੇ ਤੁਹਾਨੂੰ ਉਸੇ ਵੇਲੇ ਮਿਲ ਜਾਂਦੀ ਯਾਰ, ਅਤੇ ਜਿਹੜੀ ਤੁਸੀਂ ਸਟੂਡੀਓ 'ਚ ਗਾਉਂਦੇ ਆ, ਸਟੂਡੀਓ 'ਚ ਗਾਉਣਾ ਸੌਖਾ ਹੈ, ਲਾਈਵ ਗਾਉਣਾ ਔਖਾ। ਸਟੂਡੀਓ 'ਚ ਤੁਸੀਂ ਉਹਨੂੰ ਕਰੈਕਟ ਕਰ ਸਕਦੇ ਹੋ, ਤੁਹਾਡਾ ਸੁਰ ਲੈ ਗਿਆ ਉਤਰ ਗਿਆ, ਉਹਨੂੰ ਹੁਣ ਤਾਂ ਐਸਾ ਐਸਾ ਸਿਸਟਮ ਆ ਗਿਆ ਕਿ ਤੁਸੀਂ ਉਹਨੂੰ ਕਰੈਕਟ ਕਰ ਸਕਦੇ ਹੋ, ਕਿਤੇ ਲਫ਼ਜ਼ ਜਿਹੜਾ ਘੱਟ ਕਿਹਾ ਗਿਆ ਉਹਨੂੰ ਕਰ ਸਕਦੇ ਹੋ, ਲੇਕਿਨ ਲਾਈਵ 'ਤੇ ਤੁਹਾਡੇ ਉਸੇ ਵੇਲੇ ਪਤਾ ਲੱਗ ਜਾਂਦਾ ਮੂਹਰੇ ਰਿਸਪੋਂਸ ਦਾ ਹੈ ਨਾ। ਸੋ ਉੱਥੇ ਜ਼ਿਆਦਾ ਮਿਹਨਤ ਦੀ ਲੋੜ ਹੈ। ਲਾਈਵ ਦੀ ਭਾਅ ਜੀ ਜਿੱਦਾਂ ਗੱਲ ਹੋ ਰਹੀ ਆ ਹੁਣ ਹੈ ਨਾ, ਅਤੇ ਸਟਾਰਟਿੰਗ 'ਚ ਮੈਂ ਕਿਹਾ ਸੀਗਾ ਤੁਸੀਂ ਮਿੱਠੇ ਗਾਣੇ ਵੀ ਗਾਉਂਦੇ ਹੋ, ਤੁਸੀਂ ਜੋਸ਼ੀਲੇ ਗਾਣੇ ਵੀ ਗਾਉਂਦੇ ਹੋ, ਤੁਸੀਂ ਸੈਡ ਸੌਂਗ ਵੀ ਗਾਉਂਦੇ, ਕਦੀ ਇੱਦਾਂ ਹੋਇਆ ਤੁਹਾਡੀ ਇਹ ਵਰਸਟੈਲਿਟੀ ਜਿਹੜੀ ਆ, ਕਦੀ ਉਹ ਇੱਦਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਅਗੇਂਸਟ ਤਾਂ ਨਹੀਂ ਗਈ ਵੀ ਤੁਸੀਂ ਇੱਕ ਵਿਆਹ 'ਚ ਗਾ ਰਹੇ ਹੋ, ਪੂਰਾ ਮੂਡ ਬਣਿਆ, ਲੋਕ ਨੱਚ ਰਹੇ ਅਤੇ ਕਿਸੇ ਇੱਕ ਨੇ ਆ ਕੇ ਸੈਡ ਸੌਂਗ ਦੀ ਫਰਮਾਇਸ਼ ਕਰਤੀ ਹੋਵੇ? ਹਾਂ ਹੁੰਦੀ ਆ, ਬਹੁਤ ਵਾਰ ਇੱਦਾਂ ਹੁੰਦੀ ਆ, ਕਈ ਵਾਰੀ ਇੱਦਾਂ ਹੁੰਦੀ ਕਿ 2.5 ਘੰਟੇ ਗਾਣਾ ਮਤਲਬ ਪੂਰੇ ਪਰਫੋਰਮੈਂਸ ਤੋਂ ਬਾਅਦ ਮੈਨੂੰ ਫਿਰ ਸਾਰੇ ਬੰਦੇ ਬਹਿ ਜਾਂਦੇ ਆ ਅਤੇ ਫਿਰ ਸੈਡ ਕੀਤੇ ਦੀਆਂ ਫਰਮਾਇਸ਼ਾਂ ਸ਼ੁਰੂ ਕਰ ਦਿੰਦੇ ਆ। ਮੈਂ ਹੁਣ ਇੱਕ ਪ੍ਰੋਗਰਾਮ 'ਤੇ ਗਿਆ, ਉਹਦੇ 'ਤੇ ਨਾ ਉਹ ਨੱਚਣ ਤੋਂ ਬਾਅਦ ਫਿਰ ਆ ਕੇ ਫਰਮਾਇਸ਼ ਕਰ ਦੇਣ, ਭਾਅ ਜੀ ਉਹ ਜਾਨ ਤੋਂ ਮਾਰਦਿਆਂ ਗਾਣਾ ਸੁਣਾ ਦਿਓ। ਮੈਂ ਕਿਹਾ ਯਾਰ ਉਹ ਵਿਆਹ ਦਾ ਗਾਣਾ ਨਹੀਂ ਹੈ। ਕਹਿੰਦੇ ਯਾਰ ਅਸੀਂ ਭਾਅ ਜੀ ਅਸੀਂ ਤੁਹਾਨੂੰ ਬੁੱਕ ਕੀਤਾ, ਅਸੀਂ ਸੁਣਨਾ, ਸਾਨੂੰ ਸੁਣਾਓ। ਸੋ ਇੱਦਾਂ ਹੋ ਜਾਂਦੀ ਕਈ ਵਾਰ, ਫਰਮਾਇਸ਼ ਕਰ ਦਿੰਦੇ ਸਾਈਡ ਦੀ। ਲੇਕਿਨ ਸਭ ਤੋਂ ਪਹਿਲਾਂ ਮੈਂ ਨਹੀਂ ਤਾਂ ਰੋਮਾਂਟਿਕ ਤੋਂ ਸ਼ੁਰੂ ਕਰਦਾ ਹੁੰਦਾ ਪ੍ਰੋਗਰਾਮ ਦੀ ਸ਼ੁਰੂਆਤ, ਧਾਰਮਿਕ ਤੋਂ, ਉਸ ਤੋਂ ਬਾਅਦ 1-2 ਰੋਮਾਂਟਿਕ ਗਾਣੇ, ਉਸ ਤੋਂ ਬਾਅਦ ਫਿਰ ਲਗਾਤਾਰ, ਕਿਉਂਕਿ ਵਿਆਹ ਦਾ ਪ੍ਰੋਗਰਾਮ ਹੈ ਅਤੇ ਸਭ ਨੂੰ ਨੱਚਣਾ ਹੁੰਦਾ। ਮੇਲੇ ਦਾ ਸਟਾਈਲ ਹੋਰ ਹੁੰਦਾ, ਮੇਲੇ 'ਚ ਲੋਕ ਸਾਈਡ ਜ਼ਿਆਦਾ ਪਸੰਦ ਕਰਦੇ ਆ ਬੀਟ ਨਾਲੋਂ, ਫਿਰ ਉੱਥੇ ਅਲੱਗ ਤਰ੍ਹਾਂ ਦਾ ਮੈਟਰ ਸੁਣਾਈ ਦਾ, ਮੇਲੇ ਦੇ ਅਲੱਗ ਤਰ੍ਹਾਂ ਦਾ, ਵਿਆਹ ਦਾ ਅਲੱਗ ਤਰ੍ਹਾਂ। ਅਣਗਿਣਤ ਗਾਣੇ ਨੇ ਜਿਨ੍ਹਾਂ ਦੀ ਫਰਮਾਇਸ਼ਾਂ ਆਉਂਦੀਆਂ ਹੋਣਗੀਆਂ ਅਤੇ ਕੀਤੀਆਂ ਜਾ ਸਕਦੀਆਂ, ਕੋਈ ਇੱਕ ਗਾਣਾ ਜਿਹਦੀ ਬਹੁਤ ਜ਼ਿਆਦਾ ਫਰਮਾਇਸ਼ ਆਉਂਦੀ ਹੋਵੇ ਤੁਹਾਨੂੰ ਵਾਰ ਵਾਰ? ਬੜੀ ਬੜਾ ਔਖਾ ਕੁਐਸਚਨ ਹੈ। ਉਹੀ ਕੋਈ ਇੱਕ ਜਿਹਦੀ ਬਹੁਤ ਜ਼ਿਆਦਾ ਆਈ ਹੋਵੇ, ਵੈਸੇ ਤਾਂ ਮੈਂ ਤੁਹਾਨੂੰ ਕਿਹਾ ਵੀ ਮੈਂ ਹਾਂ ਜਿਹੜਾ ਵਿਆਹ ਦਾ ਪ੍ਰੋਗਰਾਮ ਹੁੰਦਾ ਉਹਦੇ 'ਚ ਮੇਰਾ ਵਿਆਹ ਦਾ ਪ੍ਰੋਗਰਾਮ ਉਦੋਂ ਤੱਕ ਸੰਪੰਨ ਨਹੀਂ ਹੁੰਦਾ, ਉਦੋਂ ਤੱਕ ਸੰਪੂਰਨ ਨਹੀਂ ਹੁੰਦਾ ਜਦੋਂ ਤੱਕ ਮੈਂ ਪਿੱਛੋਂ ਵਾਜ ਮਾਰੀ ਵਾਲਾ ਗਾਣਾ 2-3 ਵਾਰੀ ਨਾ ਮੇਰੇ ਤੋਂ ਸੁਣ ਲੈਣ, ਹੈ ਨਾ, ਜਾਂ ਸ਼ੀਸ਼ੇ ਵਾਲਾ ਗਾਣਾ ਨਾ ਸੁਣ ਲੈਣ। ਅਤੇ ਲੇਕਿਨ ਜਦੋਂ ਮੇਲੇ ਦਾ ਪ੍ਰੋਗਰਾਮ ਹੋਵੇ ਮੈਂ ਕਈ ਵਾਰੀ ਭੁੱਲ ਜਾਂਦਾ ਕਿ ਗਾਣਾ ਕੋਈ ਰਹਿ ਜਾਂਦਾ, ਕਈ ਵਾਰੀ ਟਾਈਮ ਘੱਟ ਹੁੰਦਾ, ਫਿਰ ਮੈਂ ਛੋਟੇ ਛੋਟੇ ਗੀਤਾਂ ਦੇ ਰੂਪ ਸਾਰੇ ਗੀਤ ਸੁਣਾਉਣ ਦੀ ਕੋਸ਼ਿਸ਼ ਕਰਦਾ। ਲੇਕਿਨ ਉੱਥੇ ਵੀ ਇਹ ਹੁੰਦਾ ਕਿ ਨੈਣ ਨੈਣਾ ਵਾਲਾ ਗਾਣਾ ਨਾ ਰਹਿ ਜਾਏ ਕਿਤੇ, ਕਿਉਂਕਿ ਉਹਦੀ ਫਰਮਾਇਸ਼ ਹਮੇਸ਼ਾ ਹੀ ਆਉਂਦੀ ਆ, ਉਹ ਮੇਰਾ ਇੱਕ ਮੇਰੀ ਪਛਾਣ ਆ ਉਹ ਗਾਣਾ ਨੈਣ ਨੈਣਾ ਨਾ ਬਣਾ ਲੈ। ਸੋ ਉਹ ਗੀਤ ਤੋਂ ਬਿਨਾਂ ਮੇਰਾ ਪ੍ਰੋਗਰਾਮ ਕਦੇ ਸੰਪੂਰਨ ਨਹੀਂ। ਬਸ ਫਿਰ ਇੱਕ ਹੋਰ ਫਰਮਾਇਸ਼ ਆ ਗਈ ਆ ਭਾਅ ਜੀ, ਨੈਣ ਨੈਣਾ ਨਾਲ। ਕੌਣ ਬੇਵਫਾ ਏਤੇ ਵਫਾ ਕਿਹਨੇ ਕਰੀ ਹੈ, ਇਸ਼ਕ ਦੀ ਬਾਜ਼ੀ ਕਿਹਨੇ ਜਿੱਤੀ ਕਿਹਨੇ ਹਰੀ ਹੈ, ਇਸ਼ਕ ਦੀ ਬਾਜ਼ੀ ਕਿਹਨੇ ਜਿੱਤੀ ਕਿਹਨੇ ਹਰੀ ਹੈ, ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਪਿਆ ਹੈ ਖਿਲਾਰਾ, ਨੈਣ ਨੈਣਾ ਨਾ ਮਿਲਾ ਲਈ ਤੇਜ ਖੁੱਲ ਜੂਗਾ ਸਾਰਾ, ਨੈਣ ਨੈਣਾ ਨਾ ਮਿਲਾ ਲਈ ਤੇਜ ਖੁੱਲ ਜੂਗਾ ਸਾਰਾ। ਸ਼ਬਾਸ਼ ਦਾ ਗਾਣਾ, ਸ਼ਹਿਬਾਜ਼ ਦੇ ਕਾਫੀ ਗਾਣੇ ਗਾਏ, ਮੈਂ ਬਹੁਤ ਅੱਛਾ ਗਾਣਾ, ਬਹੁਤ ਅੱਛਾ ਲਿਖਦਾ, ਬਹੁਤ ਵਧੀਆ ਭਾਅ ਜੀ। ਦਰਅਸਲ ਭਾਅ ਜੀ ਗੱਲ ਪਤਾ ਕੀ ਹੈ, ਮੇਰੀ ਇੱਕ ਪ੍ਰੋਬਲਮ ਹੈ, ਸਾਰੇ ਆਡੀਅੰਸ ਨੂੰ ਪਤਾ, ਜਦੋਂ ਮੈਨੂੰ ਕੋਈ ਇਹੋ ਜਿਹਾ ਆਰਟਿਸਟ ਮਿਲਦਾ ਨਾ ਜਿਹਨੂੰ ਲਾਈਵ ਸੁਣਨ ਦਾ ਮਜ਼ਾ ਬੜਾ ਆਉਂਦਾ, ਫਿਰ ਮੈਂ ਗਵਾਉਣਾ ਬਹੁਤ ਆ, ਮੇਰੀ ਇਹ ਪ੍ਰੋਬਲਮ। ਮੈਂ ਦਰਅਸਲ ਨਾ ਪ੍ਰੋਬਲਮ ਇਹ, ਮੈਂ ਆਪਣਾ ਸਵਾਦ ਲੈਣ ਲੱਗ ਜਾਂਦਾ, ਹੁਣ ਮੈਨੂੰ ਸਵਾਦ ਜਿਹਾ ਆਈ ਜਾਂਦਾ ਸੁਣ ਸੁਣ ਕੇ। ਸੂਟ ਪਟਿਆਲਾ ਸ਼ਾਹੀ ਪਹਿਰਾਂ ਵਿੱਚ ਝਾਂਜਰਾਂ ਸਜੀ ਫਿਰਦੀਆਂ ਅੱਜ ਪਰੀਆਂ ਦੇ ਵਾਂਗਰਾਂ, ਕਿਆ ਬਾਤ ਆ ਭਾਅ ਜੀ। ਜਦੋਂ ਇਹ ਤੁਹਾਡਾ ਸੌਂਗ ਰਿਲੀਜ਼ ਹੋਇਆ ਸੀ ਨਾ, ਉਦੋਂ ਮੈਂ ਕਾਲਜ 'ਚ ਨਵਾਂ ਨਵਾਂ ਹਜੇ ਲੱਗਿਆ ਹੀ ਸੀਗਾ ਪੜ੍ਹਨ, ਅਤੇ ਮੈਨੂੰ ਯਾਦ ਆ ਕਿ ਉਦੋਂ ਮੈਂ ਤਾਂ ਬਹੁਤ ਸ਼ਰੀਫ ਮੁੰਡਾ, ਮੈਂ ਕਦੀ ਇਹੋ ਜਿਹੇ ਕੰਮ ਨਹੀਂ ਕੀਤੇ, ਪਰ ਮੇਰੇ ਕੁਛ ਦੋਸਤ ਮਿੱਤਰ
ਇਹ ਸੌਂਗ ਤੁਹਾਡਾ ਮਤਲਬ ਕਾਲਜ 'ਚ ਫਨ ਕਰਨ ਨੂੰ ਯੂਜ਼ ਕਰਦੇ ਹੁੰਦੇ ਸੀ ਉੱਦਾਂ ਹੀ ਕਿਸੇ ਨੂੰ, ਗੁੱਸਾ ਨਾ ਕਰੀ ਨਹੀਂ ਤੈਨੂੰ ਪਿੱਛੋਂ ਆਵਾਜ਼ ਮਾਰੀ ਨਾਲੇ ਆਵਾਜ਼ ਮਾਰ ਵੀ ਦੇਣੀ ਆ। ਬੜਾ ਵਧੀਆ ਤੁਸੀਂ ਇੱਕ ਬਹਾਨਾ ਦੇ ਦਿੱਤਾ ਸੀਗਾ ਮੁੰਡਿਆਂ ਕੁੜੀਆਂ ਨੂੰ ਇੰਟਰੈਕਟ। ਪਿੱਛੋਂ ਆਵਾਜ਼ ਮਾਰਨ ਨੂੰ ਨਾ ਅਪਸ਼ਗਨ ਮੰਨਿਆ ਜਾਂਦਾ ਹੈ। ਜੀ ਜੀ ਅਪਸ਼ਗਨ ਹੀ ਕਹਿੰਦੇ ਨਾ ਉਹਨੂੰ। ਸਹੀ ਗੱਲ ਹੈ। ਹਾਂ ਵਹਿਮ ਮੰਨਦੇ ਆ ਕਿ ਜੇ ਕਿਸੇ ਨੂੰ ਜਾਂਦੇ ਜਾਂਦੇ ਕੰਮ ਤੋਂ ਟੋਕ ਦੇ ਪਿੱਛੋਂ ਆਵਾਜ਼ ਮਾਰ ਲਓ ਤਾਂ ਉਹਨੂੰ ਮੰਨਿਆ ਜਾਂਦਾ ਕਿ ਯਾਰ ਨਹੀਂ ਮੇਰਾ ਕੰਮ ਨਹੀਂ ਬਣਨਾ। ਲੇਕਿਨ ਉਹਦੇ 'ਚ ਮੈਂ ਕਿਹਾ ਕਿ ਗੁੱਸਾ ਨਾ ਕਰੀ ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ, ਮੈਂ ਤੇਰੇ ਜਿਹੜਾ ਰੂਪ ਦੀ ਤਾਰੀਫ ਕਰਨੀ ਹੈ, ਤੇਰੀ ਸੁੰਦਰਤਾ ਦੀ ਤਾਰੀਫ ਕਰਨੀ ਹੈ, ਲੇਕਿਨ ਗੁੱਸਾ ਨਾ ਕਰੀ। ਕਿਆ ਬਾਤ, ਬਸ ਇੱਦਾਂ ਹੀ ਕਹਿ ਕਹਿ ਕੇ ਮੁੰਡੇ ਕੁੜੀਆਂ ਨੂੰ ਕਾਲਜ 'ਚ ਕਹਿੰਦੇ ਹੁੰਦੇ ਸੀ ਗੁੱਸਾ ਨਾ ਕਰੀ ਵੀ ਤੇਰੀ ਤਾਰੀਫ ਹੀ ਕਰਨੀ। ਚਲੋ ਭਾਜੀ ਆਹ ਮੈਨੂੰ ਲੱਗਦਾ ਪਿੰਡ ਆਪਣਾ ਨੇੜੇ ਆ ਚੱਲਿਆ। ਨਹੀਂ ਜੀ ਹੁਣ ਨਹਿਰ ਆਏਗੀ, ਹੁਣ ਨਹਿਰ ਤੋਂ ਆਪਾਂ ਰਾਈਟ ਮੁੜਨਾ ਤੇ ਬਸ ਨਾਲ ਹੀ 10 ਮਿੰਟ ਤੇ ਪਿੰਡ ਹੈ। ਅਰੇ ਵਾਹ ਵਾਹ, ਚਲੋ ਫਿਰ ਆਪਾਂ ਹੁਣ ਬਾਕੀ ਸਫ਼ਰ ਇੰਜੋਏ ਕਰਦੇ ਹਾਂ ਪਿੰਡ ਦਾ ਤੇ ਅਗਲੀਆਂ ਗੱਲਾਂ ਬਾਤਾਂ। ਤੁਹਾਨੂੰ ਰਾਹ 'ਚ ਜਾਂਦੇ ਜਾਂਦੇ ਇੱਕ ਤੁਹਾਨੂੰ 2 ਮਿੰਟ ਆਪਣੇ ਸਕੂਲ ਦੇ ਸਾਹਮਣੇ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਕਿ ਇਹ ਮੈਂ ਸਕੂਲ ਇੱਥੋਂ ਮੈਂ ਹਾਈ ਸਕੂਲਿੰਗ ਕੀਤੀ। ਵਾਹ ਜੀ ਵਾਹ, ਜ਼ਰੂਰ ਦੇਖਾਂਗੇ। ਚਲੋ ਫਿਰ ਉੱਥੇ ਲਾਉਂਦੇ ਹਾਂ ਅਗਲੀ ਬ੍ਰੇਕ, ਹੈ ਨਾ, ਜਦ ਤੱਕ ਸਫ਼ਰ ਇੰਜੋਏ ਕਰਦੇ। ਗ੍ਰੀਨਰੀ ਦੇਖੋ ਬਾਹਰ ਕਿੰਨੀ ਸੋਹਣੀ, ਉੱਧਰ ਦੇਖੋ। ਹਾਂਜੀ ਭਾਅ ਜੀ, ਆਪਾਂ ਇੱਥੇ ਰੁਕੇ ਕਿਉਂ ਵੈਸੇ? ਆਪਾਂ ਰੁਕੇ ਹਾਂ ਮਹਾਰਾਜ ਖੇੜਾ ਸਾਹਿਬ, ਮੈਂ ਕਿਹਾ ਤੁਹਾਨੂੰ ਦਿਖਾ ਦਈਏ ਸਕੂਲ, ਇੱਥੇ ਪੜ੍ਹਿਆ ਜੀ ਮੈਂ। ਆਹ ਹੈਗਾ ਸਰਕਾਰੀ ਹਾਈ ਸਕੂਲ ਫਤਿਹਪੁਰ ਖੁਰਦ, ਇੱਥੇ ਮੈਂ ਹਾਈ ਸਕੂਲਿੰਗ ਕੀਤੀ, 6ਵੀਂ ਤੋਂ ਲੈ ਕੇ 10ਵੀਂ ਤੱਕ ਇੱਥੇ ਮੈਂ ਪੜ੍ਹਿਆ। ਅਤੇ ਆ ਦੇਖੋ ਵਿੱਚ ਗਰਾਊਂਡਾਂ 2 ਹੈਗੀਆਂ, ਇੱਧਰ ਫੁੱਟਬਾਲ ਦੀ ਹੈ ਅਤੇ ਉੱਧਰ ਹਾਕੀ ਦੀ ਹੈ, ਮੈਂ ਹਾਕੀ ਵੀ ਖੇਡਿਆ ਇੱਥੇ। ਸ਼ਰਾਰਤਾਂ ਵੀ ਖੂਬ ਕੀਤੀਆਂ ਫਿਰ ਉਹਨੂੰ, ਸ਼ਰਾਰਤੀ ਮੈਂ ਨਹੀਂ ਸੀਗਾ। ਵਾਹ ਭਾਅ ਜੀ, ਨਜ਼ਾਰਾ ਆ ਗਿਆ ਹੈ ਪਿੰਡ ਦਾ ਮਾਹੌਲ ਤੇ ਚਾਹ ਪੀ ਕੇ ਹਰਿਆਲੀ, ਮੈਂ ਕਿਹਾ ਕਿਆ ਬਾਤ ਹੈ। ਤੇ ਭਾਅ ਜੀ ਹੋਰੀ ਇਹ ਮੇਰੇ ਤੋਂ ਵੱਡੇ ਭਾਅ ਜੀ ਹੈ ਜੀ, ਗੁਰਿੰਦਰ ਸਿੰਘ ਜੀ। ਮੈਂ ਦੇਖ ਰਿਹਾ ਸੀ, ਮੈਂ ਕਿਹਾ ਸ਼ਕਲ ਬਹੁਤ ਮਿਲਦੀ ਤੁਹਾਡੀ ਆਪਸ ਵਿੱਚ, ਹੈ ਨਾ। ਹਾਂ, ਇਹ ਤੇ ਇੰਗਲੈਂਡ ਬਹੁਤ ਦੇਰ ਰਹੇ ਆ ਇਹ। ਅੱਛਾ, ਜਦੋਂ ਇੰਗਲੈਂਡ ਸੀਗੇ ਤੇ ਉਦੋਂ, ਤੇ ਉਸ ਤੋਂ ਬਾਅਦ ਜਦੋਂ ਇੱਥੇ ਆਏ ਅਸੀਂ ਪ੍ਰੋਗਰਾਮ 'ਤੇ ਜਾਂਦੇ ਹੁੰਦੇ ਸੀ ਇਕੱਠੇ, ਉਦੋਂ ਮੇਰੇ ਵੱਲੋਂ ਸੀਗੇ ਜੀ। ਅੱਛਾ, ਕਈ ਵਾਰੀ ਮੇਰੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਸੀ ਵੀ ਛਤਰ ਕੇ ਦੇਖੀਏ, ਤੇ ਇਹਨਾਂ ਤੋਂ ਹੀ ਆਟੋਗ੍ਰਾਫ ਲੈਂਦੇ ਰਹਿੰਦੇ ਸੀ। ਅੱਛਾ, ਕਿਆ ਬਾਤ ਹੈ ਭਾਜੀ, ਵਾਕਈ ਮੈਂ ਵੀ ਨੋਟਿਸ ਕਰ ਰਿਹਾ ਸੀ, ਮੈਂ ਕਿਹਾ ਫੇਸ ਬਹੁਤ ਤੁਹਾਡਾ ਮਿਲਦਾ ਜੁਲਦਾ। ਤੇ ਅਕਸਰ ਭਾਜੀ ਫਿਰ ਪਿੰਡ ਆ ਕੇ ਇੱਦਾਂ ਹੀ ਆਰਾਮ ਫਰਮਾਉਂਦੇ ਹੋ ਜਾਂ ਕੋਈ ਕੰਮ ਕਾਰ ਹੁੰਦਾ ਇੱਥੇ? ਕੰਮ ਕਾਰ ਕੋਈ ਨਹੀਂ ਹੁੰਦਾ, ਬਸ ਫੇਰਾ ਤੋਰਾ ਮਾਰੀਦਾ, ਖੇਤਾਂ ਦੀ ਸੈਰ ਕਰੀਦੀ ਆ। ਕਿਤੇ ਦਿਲ ਕਰਦਾ ਹੁੰਦਾ ਟਰੈਕਟਰ ਬਾਹਰ ਖੜਾ, ਤੇ ਹੁਣ ਤੇ ਕਰਕੇ ਸਾਰੇ ਬੀਜ ਬੂਜ ਦਿੱਤੇ ਆ, ਦਿਲ ਕਰਦਾ ਟਰੈਕਟਰ ਫਿਰ ਬਹਾਈ ਕਰਨ ਲੱਗ ਜਾਈਦਾ। ਆ ਸਾਰੀ ਫਿਰ ਲਾਗਲੀ ਜ਼ਮੀਨ ਆਪਣੀ ਆਪਣੀ ਹੈ ਮਹਾਰਾਜ, ਸਾਨੂੰ ਵੀ ਸੈਰ ਸੂਰ ਕਰਾ ਦਿਓ ਕਿਤੇ ਖੇਤਾਂ ਦੀ, ਕਰਾ ਦਿੰਦੇ। ਮਤਲਬ ਇੱਥੇ ਆ ਕੇ ਤੁਸੀਂ ਟੋਟਲ ਜੱਟ ਬ੍ਰਾਂਡ ਬਣ ਜਾਂਦੇ? ਬਿਲਕੁਲ ਜੱਟ ਬ੍ਰਾਂਡ, ਕਹਿੰਦੇ ਨੇ ਤੂੰ ਟੌਮੀ ਗੁੱਚੀ ਪਾ ਕੇ ਰੱਖਦੀ, ਤੂੰ ਵਰਸਾਚੇ ਮੈਂਗੋ ਪਾ ਕੇ ਰੱਖਦੀ, ਤੇ ਅਸੀਂ ਸਾਦੇ ਬਾਣੇ ਵਿੱਚ ਰਹਿੰਦੇ ਹਾਂ, ਇਹਨੂੰ ਅਸੀਂ ਜੱਟ ਬ੍ਰਾਂਡ ਕਹਿੰਦੇ ਹਾਂ। ਕੀ ਬਾਤ ਹੈ, ਜੱਟ ਬ੍ਰਾਂਡ ਦੀ ਗੱਲ ਮੈਂ ਆ ਛੇੜੀ ਹੈ ਜੀ, ਭਾਜੀ ਦੀ ਐਲਬਮ ਦੇ ਵਿੱਚ ਸੌਂਗ ਹੈ ਜੱਟ ਬ੍ਰਾਂਡ, ਇਹਦੀਆਂ ਗੱਲਾਂ ਕੀਤੀਆਂ ਨੇ ਤੇ ਇੱਥੇ ਆ ਕੇ ਮੈਂ ਤਾਂ ਹੀ ਕਿ ਜੱਟ ਬ੍ਰਾਂਡ ਬਣ ਜਾਂਦੇ ਹਾਂ, ਫਿਰ ਇੱਥੇ ਆ ਕੇ ਆਪਾਂ ਜੱਟ ਬ੍ਰਾਂਡ ਸੁਣਨਾ ਵੀ ਆ, ਹੁਣ ਤੁਸੀਂ ਇੱਥੇ ਬਹਿ ਕੇ ਸੁਣਾਉਣਾ ਕਿ ਬਾਹਰ ਖੇਤਾਂ 'ਚ ਜਾ ਕੇ ਸੁਣਾਉਣਾ, ਤੁਸੀਂ ਦੇਖ ਲਓ ਜਿਵੇਂ ਚੱਲੀਏ, ਨਾਲ ਨਾਲ ਮਾਹੌਲ ਦੇਖਦੇ ਹਾਂ, ਬੜਾ ਸੋਹਣਾ ਹੈ।